ਸਰਕਾਰਾਂ ਉੱਤੇ ਓਪੋਜੀਸ਼ਨ ਹੋਵੇ, ਸਾਰਿਆਂ 'ਤੇ ਵਿਭਾਗ ਟਿੱਪਣੀਆਂ ਕਰਨ ਵਾਲੇ ਮਾਲਵਿੰਦਰ ਸਿੰਘ ਮਾਲੀ ਨੂੰ ਜਦੋਂ ਦਾ ਪੁਲਿਸ ਨੇ ਹਿਰਾਸਤ ਲੈ ਕੇ ਕੋਰਟ 'ਚ ਪੇਸ਼ ਕਰਕੇ ਜੇਲ੍ਹ 'ਚ ਭੇਜ ਦਿੱਤਾ, ਉਸ ਤੋਂ ਬਾਅਦ ਜਿਹੜਾ ਬੁੱਧੀਜੀਵੀ ਵਰਗ ਨਾਰਾਜ਼ ਹੋਇਆ, ਸੈਕਟਰ 17 ਦੇ ਵਿੱਚ ਬੜਾ ਜ਼ਿਆਦਾ ਰੋਸ ਦੇਖਣ ਨੂੰ ਮਿਲਿਆ। ਹੁਣ ਜਿਹੜੇ ਉਗਰਾਹਾਂ ਜਥੇਬੰਦੀ, ਜਿਹੜੀ ਪੰਜਾਬ 'ਚ ਬੜੀ ਹੀ ਜਿਹਦਾ ਦਾ ਪ੍ਰਭਾਵ ਹੈਗਾ ਜਥੇਬੰਦੀ ਦਾ, ਉਹਨਾਂ ਨੇ ਧਰਨਾ ਦਿੱਤਾ ਹੈਗਾ ਪੰਜਾਬ ਪੱਧਰ ਦੇ ਉੱਤੇ। ਇਹ ਧਰਨਾ ਕਿੱਥੇ ਕਿੱਥੇ ਲਾਇਆ ਹੈਗਾ ਅਤੇ ਇਹਨਾਂ ਦੀ ਖਾਸ ਮੰਗ ਕੀ ਹੈਗੀ ਹੈ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ? ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਇਕੱਲੀ ਉਗਰਾਹਾਂ ਜਥੇਬੰਦੀ ਨਹੀਂ, ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨਿਤਰੀਆਂ ਨੇ, ਪਰ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਇੱਕ ਵੱਡਾ ਐਕਸ਼ਨ, ਇੱਕ ਤਾਂ 17 ਸੈਕਟਰ ਦੇ ਵਿੱਚ ਬੁੱਧੀਜੀਵੀ ਵਰਗ ਇਕੱਠਾ ਹੋਇਆ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਉੱਥੇ ਜੁੜੇ, ਪੱਤਰਕਾਰ ਭਾਈਚਾਰਾ ਜੁੜਿਆ, ਡਾਕਟਰ ਗਾਂਧੀ MP ਉਹ ਜੁੜੇ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਹਨਾਂ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਆਏ, ਅਤੇ ਕਾਂਗਰਸ ਪਾਰਟੀ ਦੇ ਵੀ ਕਈ ਆਗੂਆਂ ਨੇ ਇਸ ਮਾਮਲੇ ਦੇ ਵਿੱਚ ਹਮਾਇਤ ਕੀਤੀ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ। ਕਈਆਂ ਨੇ ਟਵੀਟ ਨਾਲ ਸਾਰ ਲਿਆ ਕਰਕੇ ਕਿ ਗਲਤ ਹੋਇਆ, ਕਈਆਂ ਨੇ ਪ੍ਰੈਕਟੀਕਲੀ ਆ ਕੇ ਵੀ ਹਾਜ਼ਰੀ ਲਵਾਈ। ਉਸ ਤੋਂ ਬਾਅਦ ਦੂਜਾ ਵੱਡਾ ਪ੍ਰੈਕਟੀਕਲ ਜਿਹੜਾ ਐਕਸ਼ਨ ਹੈ, ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਨਜ਼ਰ ਆਇਆ, ਖਾਸ ਕਰਕੇ ਜੋਗਿੰਦਰ ਸਿੰਘ ਉਗਰਾਹਾਂ ਦਾ। ਪਹਿਲਾਂ ਵੀ ਇੱਕ ਬਿਆਨ ਜਾਰੀ ਕਰ ਦਿੱਤਾ ਸੀ ਉਹਨਾਂ ਨੇ, ਅੱਜ ਵੀ ਭਾਸ਼ਣ ਵਿੱਚ ਇਹ ਗੱਲ ਆਖੀ ਹੈ, ਅਤੇ ਪਹਿਲਾਂ ਵੀ ਇੱਕ ਵੀਡੀਓ ਜਾਰੀ ਕੀਤਾ ਆਖਿਆ ਕਿ ਮਾਲਵਿੰਦਰ ਸਿੰਘ ਮਾਲੀ ਨਾਲ ਬੇਸ਼ੱਕ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਦੇ ਉੱਤੇ ਵੀ ਸਰਕਾਰ ਪਰਚਾ ਦਰਜ ਕਰਵਾ ਦੇਵੇ। ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਇਸ ਜਥੇਬੰਦੀ ਦੇ ਮੁੱਖ ਆਗੂ ਨੇ, ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਆਖਿਆ ਕਿ ਇਹ ਸਰਾਸਰ ਧੱਕਾ ਹੋਇਆ, ਇਹ ਵਿਚਾਰਾਂ ਦੀ ਆਜ਼ਾਦੀ 'ਤੇ ਹਮਲਾ ਹੈ, ਕੋਈ ਵਿਚਾਰ ਤਾਂ ਕਿਸੇ ਦੇ ਉਲਟ ਰੱਖ ਸਕਦਾ, ਕੋਈ ਆਲੋਚਨਾ ਕਰ ਸਕਦਾ। ਹਾਲਾਂਕਿ ਉਗਰਾਹਾਂ ਜਥੇਬੰਦੀ ਉਹ ਹੈ ਜਿਨ੍ਹਾਂ ਦੇ ਉੱਤੇ ਖੁਦ ਮਾਲਵਿੰਦਰ ਸਿੰਘ ਮਾਲੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਰਹੇ ਹੈ, ਚਾਹੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭੂਮਿਕਾ ਰਹੀ ਹੋਵੇ, 2022 ਦੀਆਂ ਚੋਣਾਂ ਦੇ ਵਿੱਚ ਭੂਮਿਕਾ ਰਹੀ ਹੋਵੇ ਇਸ ਜਥੇਬੰਦੀ ਦੀ, ਉਸ ਦੇ ਉੱਤੇ ਵੀ ਸਮੇਂ ਦੇ ਉੱਤੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਨੇ, ਜਾਂ ਉਗਰਾਹਾਂ ਜਥੇਬੰਦੀ ਦੇ ਸਟੈਂਡ ਬਾਰੇ ਵੀ ਜਦੋਂ ਵੀ ਉਹ ਕੋਈ ਰੋਸ ਮੁਜ਼ਾਹਰਾ ਕਰਦੇ ਨੇ ਉਸ ਦੇ ਉੱਤੇ ਵੀ। ਇਸ ਦੇ ਬਾਵਜੂਦ ਮਾਲਵਿੰਦਰ ਸਿੰਘ ਮਾਲੀ ਨੇ ਇੱਕ ਖਾਸੀਅਤ ਜ਼ਰੂਰ ਹੈ ਕਿ ਇਹਨਾਂ ਨੇ ਜਿਨ੍ਹਾਂ ਜਿਨ੍ਹਾਂ ਦੀ ਵੀ ਆਲੋਚਨਾ ਕੀਤੀ ਆ ਹੁਣ ਤੱਕ, ਚਾਹੇ ਉਹ ਮੀਡੀਆ ਕਰਮਚਾਰੀ ਹੋਣ, ਮੀਡੀਆ ਪਰਸਨ ਹੋਣ, ਵੱਡੇ ਵੱਡੇ ਸੀਨੀਅਰ ਪੱਤਰਕਾਰ ਹੋਣ, ਚਾਹੇ ਕੋਈ ਪੋਲੀਟੀਕਲ ਪਾਰਟੀਆਂ ਹੋਣ, ਜਿਨ੍ਹਾਂ ਦੀ ਜੰਮ ਕੇ ਆਲੋਚਨਾ ਉਹਨਾਂ ਨੇ ਕੀਤੀ, ਸਿਰਫ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ, ਉਹ ਮਾਲਵਿੰਦਰ ਸਿੰਘ ਮਾਲੀ ਦੇ ਹੱਕ 'ਚ ਨਿਤਰੇ ਹੈ। BJP ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਹਨਾਂ ਦੋ ਪਾਰਟੀਆਂ ਇੱਕ ਪਾਸੇ ਨੇ, ਬਾਕੀ ਸਾਰੇ ਇੱਕ ਪਾਸੇ ਨੇ ਮਾਲਵਿੰਦਰ ਸਿੰਘ ਮਾਲੀ ਵਾਲੇ ਕੇਸ ਦੇ ਵਿੱਚ। ਇਸ ਮਾਮਲੇ 'ਚ ਕਿਹਾ ਗਿਆ ਕਿ ਉਹਨਾਂ ਦੇ ਖਿਲਾਫ਼ ਜਿਹੜਾ ਪਰਚਾ ਹੋਇਆ ਉਹ ਸਿਆਸੀ ਬਦਲਾਖੋਰੀ ਕਹਿ ਲਓ, ਜਾਂ ਕਹਿ ਲਓ ਕਿ ਉਹਨਾਂ ਦੇ ਵਿਚਾਰਾਂ ਨੂੰ ਦੱਬਣ ਦੀ ਕੋਸ਼ਿਸ਼ ਹੋਈ ਹੈ, ਇਹ ਗੱਲ ਆਮ ਨਿਕਲ ਕੇ ਸਾਹਮਣੇ ਆਈ ਹੈ। ਹੁਣ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਬੇਸ਼ੱਕ ਸਾਡੇ ਵਿਚਾਰਕ ਮਤਭੇਦ ਨੇ, ਪਰ ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ ਰੋਸ ਮੁਜ਼ਾਹਰੇ ਦੇਖਣ ਨੂੰ ਮਿਲੇ ਨੇ, ਉੱਥੋਂ ਦੇ ਸੰਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ, ਨਾਅਰੇਬਾਜ਼ੀ ਵੀ ਸਰਕਾਰ ਖਿਲਾਫ਼ ਹੋਈ ਹੈ, ਔਰ ਮਾਲਵੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਕਾਈਆਂ ਬਣਾਈਆਂ ਗਈਆਂ ਨੇ ਇਸ ਜਥੇਬੰਦੀ ਦੀਆਂ, ਮਾਲਵੇ 'ਚ ਜ਼ਿਆਦਾ ਮਜ਼ਬੂਤ ਹੈ, ਸੰਗਰੂਰ 'ਚ ਖਾਸ ਕਰਕੇ ਜਿੱਥੇ ਖੁਦ ਜੋਗਿੰਦਰ ਸਿੰਘ ਉਗਰਾਹਾਂ ਇਸ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ, ਉਹਨਾਂ ਨੇ ਭਾਸ਼ਣ ਦਿੱਤਾ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ, ਅਤੇ ਮੰਗ ਇਹੀ ਕੀਤੀ ਹੈ ਕਿ ਬਿਨਾਂ ਸ਼ਰਤ ਦੇ ਮਾਲਵਿੰਦਰ ਸਿੰਘ ਮਾਲੀ ਦੀ ਰਿਹਾਈ ਹੋਣੀ ਚਾਹੀਦੀ ਹੈ। ਜੇ 14 ਦਿਨ ਦੇ ਨਿਆਂਇਕ ਹਿਰਾਸਤ 'ਚ ਉਹਨਾਂ ਨੂੰ ਭੇਜ ਦਿੱਤਾ ਗਿਆ, ਪਟਿਆਲਾ ਜੇਲ੍ਹ 'ਚ ਭੇਜ ਦਿੱਤਾ ਗਿਆ, ਤਾਂ ਇਹ ਵੀ ਗਲਤ ਹੈ, ਜਦੋਂ ਉਹਨਾਂ ਦੇ ਖਿਲਾਫ਼ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੀ ਨਹੀਂ ਸੀ। ਇੱਕ ਉਸਨੂੰ ਜਾਲੀ FIR ਦੱਸਿਆ ਜਾ ਰਿਹਾ ਜਿਹੜੀ ਕੀਤੀ ਗਈ, ਜਿਹੜੀ ਅਮਿਤ ਜੈਨ ਦੇ ਨਾਮ ਦੇ ਉੱਤੇ ਸ਼ਿਕਾਇਤ ਕਰਵਾਈ ਗਈ, ਕਿਉਂਕਿ ਉਸ ਵਿੱਚ ਇਹ ਤਾਂ ਕਿਹਾ ਜਾ ਰਿਹਾ, ਨਾਮੀ ਵਕੀਲ ਨੇ ਸਾਡੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਹੁਤ ਸਾਰੇ, ਜਿਸ ਵਿੱਚ RS ਬੈਂਸ ਸਾਹਿਬ ਨੇ, ਜਗਮੋਹਨ ਸਿੰਘ ਭੱਟੀ ਜੀ ਨੇ, ਜਗਤਾਰ ਸਿੰਘ ਸਿੱਧੂ ਜੀ, ਇੱਥੋਂ ਤੱਕ ਕਿ ਰਿਟਾਇਰਡ ਜਸਟਿਸ ਜਿਹੜੇ ਰਣਜੀਤ ਸਿੰਘ ਨੇ, ਉਹਨਾਂ ਨਾਲ ਅਸੀਂ ਇਹਨਾਂ 3 ਤੋਂ 4 ਲੋਕਾਂ ਨਾਲ ਜਿਹੜੇ ਅਹਿਮ ਹਸਤੀਆਂ ਨੇ ਵਕਾਲਤ ਦੀਆਂ, ਉਹਨਾਂ ਨਾਲ ਵੀ ਗੱਲਬਾਤ ਕੀਤੀ, ਅਤੇ ਉਹਨਾਂ ਦਾ ਵੀ ਕਹਿਣਾ ਕਿ ਇਸ FIR 'ਚ ਦਮ ਇਸ ਕਰਕੇ ਨਹੀਂ ਹੈ ਕਿਉਂਕਿ ਕਿਤੇ ਦਿਖਿਆ ਨਹੀਂ, ਕਿਤੇ ਲਿਖਿਆ ਨਹੀਂ
ਕਿ ਉਹਨਾਂ ਨੇ ਗੁਨਾਹ ਕੀ ਕੀਤਾ। ਮਾਲਵਿੰਦਰ ਸਿੰਘ ਮਾਲੀ ਨੇ ਕਿਹੜੇ ਰਾਜਨੀਤਿਕ ਆਗੂ ਦੀ ਕਿਹੜੇ ਦੇਵੀ ਦੇਵਤੇ ਦੇ ਨਾਲ ਤੁਲਨਾ ਕਰ ਦਿੱਤੀ ਹੈ ਕਿ ਜਿਸ ਦੇ ਨਾਲ ਅਮਿਤ ਜੈਨ ਦੀਆਂ ਭਾਵਨਾਵਾਂ ਭੜਕ ਗਈਆਂ, ਔਰ ਕੋਈ ਅੱਜ ਤੱਕ ਜਥੇਬੰਦੀ ਨਹੀਂ ਸਾਹਮਣੇ ਆਈ ਪੰਜਾਬ ਦੇ ਵਿੱਚ, ਨਹੀਂ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਵੇ। ਪਿੱਛੇ ਜੇ ਕੋਈ ਇੱਕ ਬੇਅਦਬੀ ਹੋ ਗਈ ਸੀ ਤਾਂ ਉਸ ਮਸਲੇ ਦੇ ਵਿੱਚ ਹਿੰਦੂ ਭਾਈਚਾਰੇ ਦੀਆਂ ਕਈ ਜਥੇਬੰਦੀਆਂ ਸੜਕਾਂ 'ਤੇ ਉਤਰ ਰਹੀਆਂ ਸੀ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤਾਂ ਸਿੱਖ ਜਥੇਬੰਦੀਆਂ ਸੜਕਾਂ 'ਤੇ ਆਈਆਂ। ਜੇ ਇਹਨਾਂ ਨੇ, ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੁੰਦੀ ਤਾਂ ਕੀ ਅਮਿਤ ਜੈਨ ਨਹੀਂ ਜਾਣਦਾ? ਕੀ ਅਮਿਤ ਜੈਨ ਦੀਆਂ ਇਕੱਲੀਆਂ ਧਾਰਮਿਕ ਭਾਵਨਾਵਾਂ ਨੇ, ਹੋਰ ਕਿਸੇ ਦੀਆਂ ਨਹੀਂ? ਕੋਈ ਸੜਕ 'ਤੇ ਨਾ ਸਾਨੂੰ ਦਿਖਦਾ? ਇਸੇ ਕਰਕੇ ਉਹਨਾਂ ਦੇ ਵੱਲੋਂ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਜਿਹੜੀ FIR ਹੈ ਇਹ ਬੜੀ ਜਾਅਲੀ ਜੀ ਟਾਈਪ ਦੀ ਸੀ। ਸ਼ਿਕਾਇਤ ਹੁੰਦੀ ਹੈ, ਨਾਲ ਦੇ ਨਾਲ ਅਰੈਸਟ ਤੱਕ ਹੋ ਜਾਂਦੀ ਹੈ, ਛਾਪੇਮਾਰੀ ਹੁੰਦੀ ਹੈ, ਹਾਲਾਂਕਿ 60 ਸਾਲ ਤੋਂ ਉੱਪਰ ਜਿਸ ਦੀ ਉਮਰ ਹੋਵੇ। ਇੱਥੋਂ ਤੱਕ ਪੁਲਿਸ ਨੇ ਅਣਗਹਿਲੀ ਵਰਤੀ ਉਸ ਮਾਮਲੇ 'ਚ, CIA ਸਟਾਫ ਨੇ, ਕਿ ਇੱਕ ਤਾਂ ਚਲਾਕੀ ਦੇ ਨਾਲ ਗ੍ਰਿਫਤਾਰੀ ਕੀਤੀ ਗਈ, ਦੂਜਾ ਘਰ ਦੇ ਵਿੱਚ ਹੀ ਹਦਾਇਤਾਂ ਦਿੱਤੀਆਂ ਗਈਆਂ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ, ਸ਼ਰਾਬ ਪੀਤੀ ਹੋਈ ਹੈ ਤੁਸੀਂ ਸਾਡੀ ਡਿਊਟੀ ਵਿੱਚ ਵਿਘਣ ਪਾਓਗੇ। ਤਾਂ ਇਹ ਪੁਲਿਸ ਵਾਲਿਆਂ ਤੋਂ ਪੁੱਛ ਕੇ ਕਰਨਾ ਪਏਗਾ ਵੀ ਤੁਸੀਂ ਸ਼ਰਾਬ ਪੀਣੀ ਹੈ ਕਿ ਨਹੀਂ ਪੀਣੀ, ਰੋਟੀ ਖਾਣੀ ਕਿ ਨਹੀਂ ਖਾਣੀ। ਇਹਨੂੰ ਪਿੱਛੇ ਫੋਨ ਕਰਕੇ ਪੁੱਛ ਲਈਏ ਜੀ ਅਸੀਂ ਸ਼ਰਾਬ ਪੀ ਲਈਏ। ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਮੋਹਾਲੀ ਦੇ ਵਿੱਚ ਜਿੱਥੇ ਤੁਹਾਡਾ ਅਧਿਕਾਰ ਖੇਤਰ ਹੈ CIA ਸਟਾਫ ਦਾ, ਤੁਹਾਡੇ ਥਾਣਿਆਂ ਦੇ ਵਿੱਚ ਕਈ ਪੁਲਿਸ ਮੁਲਾਜ਼ਮ ਡਿਊਟੀ ਦੇ ਦੌਰਾਨ ਵੀ ਕਿ ਤੁਸੀਂ ਕਦੇ ਛਾਪਾ ਮਾਰਿਆ ਕਿ ਸ਼ਰਾਬ ਪੀ ਕੇ ਬੈਠੇ ਆ ਕਿ ਨਹੀਂ ਬੈਠੇ, ਆਪਦੀ ਕੁਰਸੀ ਦੇ ਉੱਤੇ ਪੂਰੀ ਤਰ੍ਹਾਂ ਬੈਠੇ ਆ ਕਿ ਨਹੀਂ ਬੈਠੇ? ਖਾਸ ਕਰਕੇ ਮੋਹਾਲੀ ਦੇ ਵਿੱਚ ਤਾਂ ਇੰਨੀਆਂ ਫਰੌਤੀ ਦੀਆਂ ਕਾਲਾਂ ਆ ਰਹੀਆਂ ਕਈ ਵਪਾਰੀਆਂ ਨੂੰ। ਆ ਡੇਰਾਬੱਸੀ ਦੇ ਵਿੱਚ ਜਿਹੜੀ ਇੱਕ ਫਰੌਤੀ ਵਾਲਾ ਕੰਮ ਹੋਇਆ, ਥਾਣੇ ਤੋਂ 100 ਮੀਟਰ ਦੀ ਦੂਰੀ 'ਤੇ ਸੀ ਉਹ ਡੇਰਾਬੱਸੀ ਦੇ ਵਿੱਚ, ਜਿੱਥੇ ਉਸ ਦੇ ਉੱਤੇ ਫਾਇਰਿੰਗ ਹੋ ਗਈ ਇਮੀਗ੍ਰੇਸ਼ਨ ਵਾਲੇ ਦੇ ਉੱਤੇ, ਔਰ ਉਹ ਵੀ ਕਹਿ ਕੇ ਗਏ ਲਿਖਤੀ ਰੂਪ ਦੇ ਵਿੱਚ ਕਿ ਹੁਣ ਤਾਂ 6 ਗੋਲੀਆਂ ਚਲਾਈਆਂ, 6000 ਗੋਲੀ ਵੀ ਚੱਲ ਸਕਦੀ ਹੈ। ਹਾਂ, ਸਿੱਧਾ ਧਮਕੀ ਦੇ ਕੇ ਗਏ ਆ ਕਿ ਇਸ ਮਾਮਲੇ ਦੇ ਵਿੱਚ ਜਿਹੀਆਂ ਕੁਤਾਹੀਆਂ ਦੇ ਵਿੱਚ ਐਕਸ਼ਨ ਹੁੰਦਾ ਦਿਖਾਈ ਦਿੰਦਾ, ਉੱਥੇ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਅਸੀਂ ਪੜਤਾਲ ਕਰ ਰਹੇ ਹਾਂ ਜੀ। ਇਸ ਮਾਮਲੇ ਦੇ ਵਿੱਚ ਵੀ ਪੜਤਾਲ ਕਰ ਲੈਣੀ ਚਾਹੀਦੀ ਸੀ। ਜੇ ਧਾਰਮਿਕ ਭਾਵਨਾਵਾਂ ਕਿਸੇ ਦੀਆਂ ਭੜਕ ਵੀ ਗਈਆਂ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਭੜਕ ਨਹੀਂ ਸਕਦੀ, ਕੋਈ ਗਲਤ ਕਹਿਣ ਨਾਲ, ਪਰ ਘੱਟੋ ਘੱਟ ਸਬੂਤ ਤਾਂ ਹੋਵੇ, ਕੁਛ ਦਾ ਆਧਾਰ ਤਾਂ ਹੋਵੇ। ਜੇ ਅਮਿਤ ਜੈਨ ਸੱਚਾ ਹੁੰਦਾ ਹੁਣ ਉਹ ਮੀਡੀਆ ਦੇ ਸਾਹਮਣੇ ਆਇਆ ਹੁੰਦਾ, ਬਕਾਇਦਾ ਪ੍ਰੈਸ ਕਾਨਫਰੰਸ ਕਰਦਾ, ਪਰ ਉਹ ਕਿਸ ਦੇ ਇਸ਼ਾਰੇ 'ਤੇ ਜਾਂ ਕਿਹੜੀ ਪਾਰਟੀ ਜਿਹੜੀ ਆਪਣੇ ਲੀਡਰ ਨੂੰ ਖੁਸ਼ ਕਰਨਾ ਚਾਹੁੰਦਾ ਸੀ ਆਮ ਆਦਮੀ ਪਾਰਟੀ ਦੇ ਅੰਦਰ, ਜਿਸ ਦੇ ਆਧਾਰ 'ਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਅਤੇ ਇਸ ਤਰ੍ਹਾਂ ਲੱਗ ਰਿਹਾ ਪ੍ਰੈਕਟੀਕਲ ਰੂਪ ਦੇ ਵਿੱਚ ਇੱਕ ਗਿਣੀ ਮਿੱਥੀ ਚਾਲ ਦੇ ਤਹਿਤ ਪਰਚਾ ਦਰਜ ਹੋਇਆ। ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਇਹੀ ਗੱਲਾਂ ਕਹੀਆਂ ਨੇ ਕਿ ਇਸ ਤਰ੍ਹਾਂ ਕਿਸੇ ਦੇ ਉੱਤੇ ਵੀ ਜ਼ਬਰ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਡੱਕਿਆ ਨਹੀਂ ਜਾ ਸਕਦਾ, ਇਸ 'ਤੇ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਖੰਡਨ ਵੀ ਕੀਤਾ ਉਹਨਾਂ ਨੇ ਇਸ ਸਾਰੇ ਮਸਲੇ ਦਾ, ਔਰ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਅਤੇ ਚੇਤਾਵਨੀ ਵੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਕਿਸੇ ਤਰ੍ਹਾਂ ਦਾ ਰੂਸ ਮੁਜ਼ਾਹਰਾ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ। ਔਰ ਇਹ ਕੋਈ ਆਖਰੀ ਪ੍ਰੋਟੈਸਟ ਨਹੀਂ ਹੈ, 1 ਤਰੀਕ ਤੱਕ, 1 ਅਕਤੂਬਰ ਤੱਕ ਉਹ ਪਟਿਆਲਾ ਜੇਲ੍ਹ 'ਚ ਨੇ। ਮਾਲਵਿੰਦਰ ਸਿੰਘ ਮਾਲੀ ਨੇ ਹਾਲਾਂਕਿ ਸਾਫ਼ ਤੌਰ 'ਤੇ ਕਿਹਾ ਕਿ ਉਹ ਕਿਸੇ ਕਾਨੂੰਨੀ ਚਾਰਾਜੋਈ ਦੇ ਵਿੱਚ ਫਿਲਹਾਲ ਪੈਣ ਦੇ ਮੂਡ 'ਚ ਨਹੀਂ ਹੈ। ਉਹ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਉਹ ਆਪਣੇ ਵਕੀਲਾਂ ਨਾਲ ਜਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਕਰਕੇ ਕਦੋਂ ਕਾਨੂੰਨੀ ਅਪਰੋਚ ਕਰਦੇ ਨੇ ਜਾਂ ਕਦੋਂ ਵਕਾਲਤ ਕਰਦੇ ਨੇ ਆਪਣੇ ਕੇਸ ਦੀ। ਹਾਲ ਦੀ ਘੜੀ ਦੇ ਵਿੱਚ ਉਹਨਾਂ ਨੇ ਮਨ੍ਹਾ ਕੀਤਾ ਕਿ ਘੱਟੋ ਘੱਟ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਜਿੰਨਾ ਵਿਰੋਧ ਉੱਠ ਕੇ ਸਾਹਮਣੇ ਆ ਰਿਹਾ, ਕੋਈ ਨਾ ਕੋਈ ਇਸ ਦੇ ਉੱਤੇ ਫੈਸਲਾ ਜ਼ਰੂਰ ਗੌਰ ਕਰਨਾ ਚਾਹੀਦਾ। ਘੱਟੋ ਘੱਟ ਇਹੀ ਕਹਿ ਦੇਣਾ ਚਾਹੀਦਾ ਕਿ ਇਸ ਦੀ ਇਨਵੈਸਟੀਗੇਸ਼ਨ ਹੋਵੇਗੀ ਮਾਮਲੇ ਦੀ। ਬੇਸ਼ੱਕ ਹੁਣ ਤੱਕ ਅਣਗਹਿਲੀਆਂ ਵਰਤੀਆਂ ਪੁਲਿਸ ਨੇ, ਪਰ ਹੁਣ ਮਾਲਵਿੰਦਰ ਸਿੰਘ ਮਾਲੀ ਆਪਣੀ ਥਾਂ ਦੇ ਉੱਤੇ ਅੜੇ ਹੋਏ ਹੈ, ਦੂਜੇ ਪਾਸੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਹੈ, ਦੇਖਦੇ ਹਾਂ ਕਿ ਉਸ ਦੇ ਵਿੱਚ ਕਦੋਂ ਤੱਕ ਰਾਹਤ ਮਿਲਦੀ ਹੈ। ਪਰ ਆਵਾਜ਼ਾਂ ਕਈ ਥਾਵਾਂ ਤੋਂ ਉੱਠ ਰਹੀਆਂ ਨੇ ਕਿ ਮਾਲਵਿੰਦਰ ਸਿੰਘ ਮਾਲੀ ਦੀ ਵਿਭਾਗ ਕੀ ਭਰੀ ਜਿਹੜੀ ਆਵਾਜ਼ ਹੈ ਉਸ ਨੂੰ ਡੱਕਿਆ ਨਹੀਂ ਜਾ ਸਕਦਾ, ਉਸ ਨੂੰ ਤਾਲਾ ਨਹੀਂ ਲਾਇਆ ਜਾ ਸਕਦਾ। ਉਹ ਉਸੇ ਤਰ੍ਹਾਂ ਦਲੀਲਾਂ ਦੇ ਨਾਲ ਗੱਲ ਰੱਖਦੇ ਨੇ, ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਚਾਹੇ ਸੈਂਟਰ ਦੇ ਵਿੱਚ ਬੈਠੀ ਭਾਜਪਾ ਰਾਜ ਕਰ ਰਹੀ ਹੈ, ਚਾਹੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ। ਮਾਲੀ ਦੀ ਗਵਾਹੀ ਸਾਰੇ ਲੋਕ ਭਰ ਰਹੇ ਨੇ ਕਿ ਮਾਲਵਿੰਦਰ ਸਿੰਘ ਮਾਲੀ ਲਈ ਇਹ ਜੇਲ੍ਹ ਜਾਣਾ ਕੋਈ ਨਵੀਂ ਗੱਲ ਨਹੀਂ ਹੈ, ਕੋਈ ਪਹਿਲੀ ਗੱਲ ਨਹੀਂ ਹੈ। ਉਹਨਾਂ ਨੇ
ਆਪਣੇ ਕੁਝ ਹੱਕਾਂ ਦੀ ਖਾਤਰ, ਆਪਣੀਆਂ ਕਈ ਜਥੇਬੰਦੀਆਂ ਦੇ ਖਾਤਰ ਜੇਲ੍ਹਾਂ ਕੱਟੀਆਂ ਹੋਈਆਂ ਨੇ। ਉਹਨਾਂ ਦੇ ਨਾਲ ਤਸ਼ੱਦਦ ਇਸ ਤੋਂ ਵੀ ਪਹਿਲਾਂ ਬੜੇ ਭੈੜੇ ਭੈੜੇ ਹੋਏ ਆ ਪੁਰਾਣੇ ਸਾਲਾਂ ਦੇ ਵਿੱਚ, ਜ਼ਮਾਨੇ ਦੇ ਵਿੱਚ। ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਦੌਰਾਨ ਨਾ ਹੋਏ ਹੋਣ, ਪਰ ਉਸ ਤੋਂ ਪਹਿਲਾਂ ਜ਼ਰੂਰ ਹੋਏ ਆ ਤਸ਼ੱਦਦ। ਪਰ ਇਸ ਤਸ਼ੱਦਦ ਨੂੰ ਵੀ ਉਹ ਜੇ ਇਸ ਤਰ੍ਹਾਂ ਦੀ FIR ਨੂੰ ਉਹ ਕੁਛ ਨਹੀਂ ਜਾਣਦੇ, ਇਸ ਕਰਕੇ ਮਾਲਵਿੰਦਰ ਸਿੰਘ ਮਾਲੀ ਦਾ ਆਪਣੇ ਭਰਾ ਨੂੰ ਜਿਹੜਾ ਮੁਲਾਕਾਤ ਦੇ ਦੌਰਾਨ ਕਹਿਣਾ ਕਿ ਉਹ ਚੜ੍ਹਦੀ ਕਲਾ 'ਚ ਨੇ, ਤੁਸੀਂ ਫਿਕਰ ਨਾ ਕਰੋ। ਇੱਥੋਂ ਪਤਾ ਲੱਗਦਾ ਕਿ ਮਾਲਵਿੰਦਰ ਸਿੰਘ ਮਾਲੀ ਜੇਕਰ ਕੱਲ੍ਹ ਨੂੰ ਬਾਹਰ ਵੀ ਆ ਜਾਂਦੇ ਆ, ਚਾਹੇ ਪਰਚਾ ਦਰਜ ਜਿਹੜਾ ਕੈਂਸਲ ਹੋਣ ਤੋਂ ਬਾਅਦ ਬਾਹਰ ਆਉਣ, ਜਾਂ ਜ਼ਮਾਨਤ ਲੈ ਕੇ ਬਾਹਰ ਆਉਣ, ਤਾਂ ਮੈਨੂੰ ਨਹੀਂ ਲੱਗਦਾ ਜਾਂ ਸਾਨੂੰ ਜਿੰਨਾ ਕੁ ਪ੍ਰਭਾਵ ਉਹਨਾਂ ਦਾ, ਅਸੀਂ ਉਹਨਾਂ ਨੂੰ ਵੀ ਜਾਣਦੇ ਹਾਂ, ਜਾਂ ਜਿੰਨਾ ਉਹਨਾਂ ਦਾ ਮੀਡੀਆ ਦੇ ਵਿੱਚ ਬੋਲਬਾਲਾ ਹੈ, ਤਾਂ ਸ਼ਾਇਦ ਹੀ ਉਹ ਚੁੱਪ ਕਰਨ। ਉਹ ਹਰੇਕ ਸਰਕਾਰ ਨੂੰ ਦਲੀਲਾਂ ਦੇ ਨਾਲ, ਤਰਕ ਦੇ ਨਾਲ ਉਹ ਸਵਾਲ ਤਾਂ ਕਰਦੇ ਹੀ ਰਹਿਣਗੇ। ਇਹ ਤਾਂ ਹੁਣ ਸਰਕਾਰ ਦੇ ਹਾਜ਼ਮੇ ਉੱਤੇ ਆ ਕਿ ਕਿਹਦੀ ਗੱਲ ਨੂੰ ਕਿੰਨਾ ਕੁ ਹਜ਼ਮ ਕਰਨਾ ਅਤੇ ਕਿੰਨਾ ਕੁ ਨਕਾਰਨਾ।